ਯੂਕੇ ਸਟੱਡੀ ਵੀਜ਼ਾ ਦੀ ਗੱਲ ਕਰਾਂਗੇ। ਦੇਖੋ, ਪਹਿਲਾਂ ਜਿੰਨਾ ਈਜ਼ੀ ਲੱਗਦਾ ਸੀ ਯੂਕੇ ਸਟੱਡੀ ਵੀਜ਼ਾ, ਪਰ ਜਿਵੇਂ ਹੀ ਰੂਲਸ ਅਪਡੇਟ ਹੋਏ, ਸਟੂਡੈਂਟਸ ਥੋੜ੍ਹਾ ਜਿਹਾ ਉਹਨਾਂ ਦੇ ਮਨ ਵਿੱਚ ਦੁਚਿੱਤੀ ਜ਼ਰੂਰ ਆ ਗਈ ਕਿ ਡਿਸੀਜ਼ਨ ਲਈਏ ਨਾ ਲਈਏ ਯੂਕੇ ਜਾਣ ਦੇ ਲਈ। ਹਾਲਾਂਕਿ ਵਿਦਆਊਟ ਐਜ਼ ਆਪਸ਼ਨ ਦੀ ਜਦੋਂ ਗੱਲ ਹੁੰਦੀ ਹੈ ਤਾਂ ਜ਼ਰੂਰ ਕੁਐਰੀਜ਼ ਹੁੰਦੀਆਂ ਯੂਕੇ ਸਟੱਡੀ ਵੀਜ਼ਾ ਨੂੰ ਲੈ ਕੇ, ਪਰ ਸਪਾਊਸ ਦਾ ਜੋ ਅਪਡੇਟ ਆ ਗਿਆ ਅਪਲਾਈ ਕਰਨ ਨੂੰ ਲੈ ਕੇ ਕਿ ਅਪਲਾਈ ਹੁਣ ਨਾਲ ਨਹੀਂ ਕੀਤਾ ਜਾ ਸਕਦਾ ਹੈ, ਸਪਾਊਸ ਨਾਲ ਨਹੀਂ ਲਿਜਾਇਆ ਜਾ ਸਕਦਾ, ਉਸ ਤੋਂ ਬਾਅਦ ਥੋੜ੍ਹੀ ਰਫ਼ਤਾਰ ਘਟੀ ਨਜ਼ਰ ਆਈ। ਪਰ ਹਲੇ ਵੀ ਯੂਕੇ ਦੇ ਕਿਹੜੇ ਉਹ ਪੋਜ਼ਿਟਿਵ ਪੁਆਇੰਟ ਨੇ ਜਿਹੜੇ ਸਟੂਡੈਂਟ ਨੂੰ ਕਹਿੰਦੇ ਨੇ ਕਿ ਯੂਕੇ ਸਟੱਡੀ ਵੀਜ਼ਾ ਲਈ ਅਪਲਾਈ ਕੀਤਾ ਜਾਏ, ਉਹਨਾਂ ਪੋਜ਼ਿਟਿਵ ਪੁਆਇੰਟਸ ਤੇ ਹੀ ਅੱਜ ਆਪਾਂ ਗੱਲ ਕਰਨੀ ਹੈ, ਤਾਂ ਕਿ ਸਟੂਡੈਂਟ ਜਿਨ੍ਹਾਂ ਨੇ ਅਪਲਾਈ ਕਰਨਾ ਉਹ ਪੋਜ਼ਿਟਿਵ ਰਹਿਣ ਕਿ ਵਾਕਈ ਯੂਕੇ ਜੋ ਹੈ ਅੱਜ ਵੀ ਸਟੂਡੈਂਟਸ ਲਈ ਇੱਕ ਚੰਗੀ ਆਪਸ਼ਨ ਹੈ, ਅਤੇ ਕਿਹੜੇ ਉਹ ਪੁਆਇੰਟ ਨੇ। ਅੱਜ ਦੀ ਵੀਡੀਓ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਨਮਸਕਾਰ। ਸੋ ਮੈਮ, ਜਿਵੇਂ ਮੈਂ ਹੁਣੇ ਗੱਲ ਕੀਤੀ ਹੈ ਕਿ ਆਪਾਂ ਯੂਕੇ ਦੇ ਪੋਜ਼ਿਟਿਵ ਪੁਆਇੰਟਸ ਦੀ ਅਗਰ ਗੱਲ ਕਰੀਏ, ਤਾਂ ਇੱਥੇ ਤੁਸੀਂ ਕਿਹੜੇ ਆਪਸ਼ਨਸ ਨੂੰ ਲੈ ਕੇ ਸਟੂਡੈਂਟਸ ਨੂੰ ਗਾਈਡ ਕਰਨਾ ਚਾਹੋਗੇ? ਹਰਜੋਤ, ਇੱਦਾਂ ਹੈ ਕਿ ਜਿਹੜਾ ਸਟੂਡੈਂਟ ਯੂਕੇ ਜਾਣ ਦਾ ਚਾਹਵਾਨ ਹੈ, ਉਹ ਇਸ ਟਾਈਮ ਬੈਨੀਫਿਟ ਉਠਾ ਸਕਦਾ, ਕਿਉਂਕਿ ਆਉਣ ਵਾਲੇ ਟਾਈਮ ਸੈਪਟੰਬਰ ਦੇ ਬਾਅਦ ਕਦੇ ਵੀ ਚੇਂਜਿਜ ਹੋ ਸਕਦੇ ਆ। ਹੋ ਸਕਦਾ ਜਿਹੜਾ ਪੋਸਟ ਸਟੱਡੀ ਵਰਕ ਪਰਮਿਟ 2 ਸਾਲ ਦਾ ਦੇ ਰਿਹਾ ਉਹਨੂੰ ਘੱਟ ਕਰ ਦੇਣ, ਹੋ ਸਕਦਾ ਪਰਟੀਕੁਲਰ ਕੋਰਸਿਸ ਦੇ ਨਾਲ ਪੋਸਟ ਸਟੱਡੀ ਵਰਕ ਪਰਮਿਟ ਦੇਣ, ਅਤੇ ਇਹ ਲਾਸਟ ਮੌਕਾ ਚੱਲ ਰਿਹਾ ਜਿਹੜੇ ਵੀ ਸਟੂਡੈਂਟਸ ਦੀ ਕੋਈ ਪ੍ਰੋਫਾਈਲ 'ਚ ਪ੍ਰੋਬਲਮ ਹੈ, ਕਿਉਂਕਿ ਆਸਟ੍ਰੇਲੀਆ ਜਾਣ ਦੇ ਬੱਚੇ ਚਾਹਵਾਨ ਹੈ ਜ਼ਿਆਦਾਤਰ, ਔਰ ਆਸਟ੍ਰੇਲੀਆ ਇਸ ਟਾਈਮ ਇੰਨਾ ਈਜ਼ੀ ਨਹੀਂ ਹੈ ਜਿਹੜੇ ਬੱਚਿਆਂ ਦਾ ਪ੍ਰੋਫਾਈਲ ਅੱਛਾ ਉਹਨਾਂ ਨੂੰ ਛੱਡ ਕੇ ਤੁਸੀਂ ਯੂਕੇ ਦਾ ਰਸਤਾ ਲੈ ਸਕਦੇ ਹੋ, ਕਿਉਂਕਿ ਯੂਕੇ ਇਸ ਟਾਈਮ ਲਾਸਟ ਮੌਕਾ ਹੈ ਤੁਹਾਡੇ ਕੋਲ ਯੂਕੇ ਅਪਲਾਈ ਕਰਨ ਦਾ। ਵਿਦਆਊਟ ਆਈਲਟਸ ਤੁਸੀਂ ਅਪਲਾਈ ਕਰ ਸਕਦੇ ਹੋ, ਕੁਛ ਯੂਨੀਵਰਸਿਟੀਆਂ ਜਿਨ੍ਹਾਂ ਦੇ ਵਿੱਚ ਜਸਟ 60% ਈਚ ਹਰ ਸਬਜੈਕਟ 'ਚ ਹੈ ਪਲੱਸ ਟੂ ਦੇ ਵਿੱਚ, ਔਰ 70% ਤੁਹਾਡਾ ਇੰਗਲਿਸ਼ ਦੇ ਵਿੱਚ ਹੈ। ਕੋਈ ਮਰਜ਼ੀ ਬੋਰਡ ਹੋਏ, ਪੰਜਾਬ ਹਰਿਆਣਾ ਕੋਈ ਮਰਜ਼ੀ ਬੋਰਡ ਹੋਏ, ਤੁਸੀਂ ਵਿਦਆਊਟ ਆਈਲਟਸ ਅਪਲਾਈ ਕਰ ਸਕਦੇ ਹੋ। ਔਰ ਕੈਸ ਵਾਸਤੇ ਜਿਹੜੀ ਤੁਹਾਡੀ ਕੈਸ ਹੁੰਦੀ ਹੈ ਜਿਹਦੇ ਨਾਲ ਤੁਸੀਂ ਫਾਈਲ ਅਪਲਾਈ ਕਰ ਸਕਦੇ ਹੋ, ਖਾਲੀ £4,000 ਦੇ ਕੇ ਵਿਦਆਊਟ ਇੰਟਰਵਿਊ ਵਿਦਆਊਟ ਆਇਲਸ। ਇੱਦਾਂ ਹੀ ਜਿਹੜੇ ਬੱਚਿਆਂ ਦੇ ਇਹ ਨਹੀਂ ਕੈਟਾਗਰੀ ਪੂਰੀ ਹੋ ਰਹੀ, ਆਇਲਸ ਕੀਤਾ ਹੋਇਆ 5.5 ਈਚ ਹੈ, ਉਹ ਵੀ ਕਰ ਸਕਦੇ ਆ। ਜਾਂ ਜਿਹੜੇ ਬੱਚਿਆਂ ਦਾ CBSE ਦੇ ਵਿੱਚ 70% ਖਾਲੀ ਇੰਗਲਿਸ਼ 'ਚ ਹੈ, ਈਚ 60 ਨਹੀਂ ਹੈ, ਉਹ ਵੀ ਕਰ ਸਕਦੇ ਆ, ਪਰ ਉਹਨਾਂ ਦਾ ਸਾਨੂੰ ਜਿਹੜਾ CBSE ਬੋਰਡ ਚਾਹੀਦਾ। ਇਸ ਕਰਕੇ ਰੀਜਨਲ ਬੋਰਡ ਵਾਲਿਆਂ ਦੀ ਅਲੱਗ ਰਿਕੁਆਇਰਮੈਂਟ ਹੈ, CBSE ਵਾਲਿਆਂ ਦੀ ਅਲੱਗ ਰਿਕੁਆਇਰਮੈਂਟ। ਰੀਜਨਲ ਵਾਲੇ ਜਿਹੜੇ ਪੰਜਾਬ ਹਰਿਆਣਾ ਸਟੇਟ ਬੋਰਡ ਵਾਲੇ ਆ ਜਾਂ ਕੋਈ ਹੋਰ ਬੋਰਡ ਵਾਲੇ ਆ, ਉਹਨਾਂ ਦੀ ਜਿਹੜੀ 60% ਈ ਸਬਜੈਕਟ 'ਚ ਚਾਹੀਦੀ ਹੈ, ਔਰ ਜਿਹੜੇ ਦੂਸਰੇ ਹੈ CBSE ਵਾਲੇ, ਉਹਨਾਂ ਦੀ 60% ਈਚ ਦੀ ਕੋਈ ਜ਼ਰੂਰਤ ਨਹੀਂ ਹੈ, ਉਹਨਾਂ ਦਾ ਪਰਸੈਂਟੇਜ ਓਵਰਆਲ 60 ਹੋ ਸਕਦੀ ਹੈ, ਬਟ ਸਾਨੂੰ ਇੰਗਲਿਸ਼ ਦੇ ਵਿੱਚ 70% ਚਾਹੀਦੀ ਹੈ, ਫਿਰ ਤੁਹਾਡਾ ਆਇਲਸ ਵੇਵਰ ਹੋ ਸਕਦਾ। ਔਰ ਜੇ ਆਇਲਸ ਕੀਤੀ ਹੈ ਤਾਂ 5.5 ਈਚ ਵਿੱਚ ਸਾਨੂੰ ਚਾਹੀਦਾ। ਫੀਸ ਐਜ਼ ਲੋ ਐਜ਼ 10 ਕੁ ਲੱਖ ਰੁਪਇਆ ਸਾਲ ਦਾ, ਜੋ ਕਿ ਤੁਸੀਂ ਵੀਜ਼ਾ ਦੇ ਬਾਅਦ ਵੀ ਦੇ ਸਕਦੇ ਹੋ। ਕਾਫੀ ਸਾਰੀ ਯੂਨੀਵਰਸਿਟੀਆਂ ਪਲੱਸ ਟੂ ਦੇ ਬੱਚਿਆਂ ਨੂੰ ਜਿਹੜਾ ਉਹ ਸ਼ੁਰੂ ਵਿੱਚ 4,000-5,000 'ਚ ਕੈਸ਼ ਦੇ ਦਿੰਦੀਆਂ, ਉਹ ਕਹਿੰਦੀਆਂ ਰਜਿਸਟ੍ਰੇਸ਼ਨ ਦੇ ਟਾਈਮ ਤੁਸੀਂ ਜਮ੍ਹਾਂ ਕਰਾ ਦਿਓ। ਇੱਦਾਂ ਹੀ ਮਾਸਟਰਸ ਹੈ, ਮਾਸਟਰਸ ਦੀ ਇੱਦਾਂ ਦੀ ਕੋਈ ਰਿਕੁਆਇਰਮੈਂਟ ਨਹੀਂ ਹੈ। ਤੁਸੀਂ ਜੇ ਇੰਗਲਿਸ਼ ਮੀਡੀਅਮ ਸਕੂਲ 'ਚ ਪੜ੍ਹੇ ਹੋ, ਇੰਗਲਿਸ਼ ਮੀਡੀਅਮ ਤੋਂ ਪੜ੍ਹਾਈ ਕੀਤੀ ਹੋਈ ਹੈ, ਤੁਸੀਂ ਮੀਡੀਅਮ ਆਫ ਇੰਸਟਰਕਸ਼ਨ ਇੰਗਲਿਸ਼ ਦਾ ਲੈਟਰ ਲਗਾ ਕੇ MOE ਲਗਾ ਕੇ ਤੁਸੀਂ ਆਫਰ ਲੈਟਰ ਲੈ ਸਕਦੇ ਹੋ, ਔਰ ਇਟਸ ਸੋ ਈਜ਼ੀ। ਨਾਓ ਵੀ ਵਿਲ ਕਮ ਫਾਰ ਦਾ ਕੋਰਸਿਸ। ਕਾਫੀ ਸਾਰੇ ਸਟੂਡੈਂਟਸ ਹੈ ਜਿਨ੍ਹਾਂ ਦੇ ਜਿਹੜਾ ਜਿੱਦਾਂ ਕੱਲ੍ਹ ਇੱਕ ਪੇਰੈਂਟਸ ਬੈਠੇ ਸੀ,
ਪੰਚਕੂਲਾ ਦੇ ਸਾਡੇ ਚੰਡੀਗੜ੍ਹ ਦੇ ਹੀ ਸੀਗੇ। ਉਹਨਾਂ ਦਾ ਇੱਕ ਸਪੈਸ਼ਲ ਰਿਕੁਆਇਰਮੈਂਟ ਸੀ ਕਿ ਬੱਚੇ ਨੇ ਬੀ ਫਾਰਮੈਸੀ ਕੀਤੀ ਹੋਈ ਹੈ, ਫਾਰਮੈਸੀ ਤੋਂ ਰਿਲੇਟਡ ਚਾਹੀਦੀ ਹੈ। ਉਹਨਾਂ ਨੂੰ ਕੋਈ 23-24-25 ਲੱਖ ਵਾਲੀ ਯੂਨੀਵਰਸਿਟੀ ਨਹੀਂ ਚਾਹੀਦੀ ਸੀ, ਕਿਉਂਕਿ ਰੈਂਕਿੰਗ ਯੂਨੀਵਰਸਿਟੀ ਕੱਢ ਰਹੇ ਸੀ, ਸਾਰਿਆਂ ਦੀ ਫੀਸ 24-25-26 ਲੱਖ ਆ ਰਹੀ ਸੀਗੀ। ਦੈਨ ਅਸੀਂ ਉਹਨਾਂ ਦੀ ਕਾਫੀ ਸਾਰੀ ਆਪਸ਼ਨਸ ਕੱਢ ਕੇ ਦਿੱਤੀ, ਬਾਸਪਾੜ ਕੱਢ ਕੇ ਦਿੱਤੀ ਹੈ, ਲਿਸਟਰ ਯੂਨੀਵਰਸਿਟੀ ਕਰਕੇ ਦਿੱਤੀ ਹੈ, ਈਸਟ ਲੰਡਨ ਕੱਢ ਕੇ ਦਿੱਤੀ ਹੈ, ਜਿਨ੍ਹਾਂ ਦੇ ਵਿੱਚ ਫੀਸ ਜਿਹੜੀ ਸੀ 15-16 ਲੱਖ ਰੁਪਇਆ ਮਾਸਟਰ ਆਫ ਫਾਰਮੈਸੀ, ਕਿਉਂਕਿ ਉਸ ਬੱਚੀ ਨੇ ਮਾਸਟਰ ਆਫ ਫਾਰਮੈਸੀ ਹੀ ਕਰਨਾ ਸੀਗਾ। ਇੱਦਾਂ ਹੀ ਜੇ ਤੁਸੀਂ ਆਰਟੀਫਿਸ਼ਲ ਇੰਟੈਲੀਜੈਂਸ ਕਰਨਾ ਹੈ ਤਾਂ ਉਹਦੀ ਅਲੱਗ ਰਿਕੁਆਇਰਮੈਂਟ ਹੋਏਗੀ। ਜੇ ਤੁਸੀਂ ਸਾਈਬਰ ਸਿਕਿਉਰਿਟੀ ਕਰਨਾ ਜਾਂ ਟੂਰਿਜ਼ਮ ਕਰਨਾ ਜਾਂ ਬਿਜ਼ਨਸ ਮੈਨੇਜਮੈਂਟ ਕਰਨਾ, ਸਭ ਤੋਂ ਜ਼ਿਆਦਾ ਸਟੂਡੈਂਟ ਜਿਹੜਾ UK ਦੇ ਵਿੱਚ ਹੈ MBA ਕਰਨ ਦਾ ਇੰਟਰਸਟਿਡ ਹੁੰਦਾ। ਰੀਜ਼ਨ ਬੀਂਗ UK ਦੀ MBA ਜਿਹੜੀ ਵਰਲਡ ਵਾਈਡ ਐਕਸੈਪਟਿਡ ਹੈ, ਔਰ ਫੀਸ ਜਿਹੜੇ ਸਕੋਲਰਸ਼ਿਪ ਕਾਫੀ ਜ਼ਿਆਦਾ ਮਿਲ ਜਾਂਦੀ, 5,000-10,000 pounds ਤੱਕ ਸਕੋਲਰਸ਼ਿਪ ਮਿਲ ਰਹੀ ਹੈ। ਜਦ ਤੱਕ ਤੁਸੀਂ ਅਪਲਾਈ ਨਹੀਂ ਕਰੋਗੇ ਤੁਹਾਨੂੰ ਵੀ ਨਹੀਂ ਪਤਾ ਸਕੋਲਰਸ਼ਿਪ ਕਿੰਨੀ ਮਿਲ ਰਹੀ ਹੈ। ਸਕੋਲਰਸ਼ਿਪ ਦੇ ਵਾਸਤੇ ਤੁਸੀਂ ਅਲੱਗ ਅਲੱਗ ਸਕੋਲਰਸ਼ਿਪ 'ਚ ਅਸੀਂ ਤੁਹਾਡੇ ਵਾਸਤੇ ਅਪਲਾਈ ਕਰਦੇ ਹਾਂ, ਔਰ ਕਿੰਨੀ ਸਕੋਲਰਸ਼ਿਪ ਲੱਗੀ ਉਹ ਅਪਲਾਈ ਕਰਨ ਦੇ ਬਾਅਦ ਪਤਾ ਚੱਲਦਾ। ਜੀ ਜੀ ਬਿਲਕੁਲ ਸਹੀ ਹੈ। ਦੇਖੋ ਹਰੇਕ ਪ੍ਰੋਫਾਈਲ ਦੇ ਅਕੋਰਡਿੰਗਲੀ ਹੀ ਇਹ ਦੱਸਿਆ ਜਾ ਸਕਦਾ ਹੈ ਕਿ ਸਕੋਲਰਸ਼ਿਪ ਨੂੰ ਲੈ ਕੇ ਕੀ ਪ੍ਰੋਗਰਾਮਸ ਉਹਨਾਂ ਲਈ ਵਧੀਆ, ਜਾਂ ਕੋਰਸਿਸ ਦੀ ਵੀ ਆਪਾਂ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੇ ਵਧੀਆ ਪ੍ਰੋਗਰਾਮ ਉਹਨਾਂ ਨੂੰ ਮਿਲ ਸਕਦੇ ਨੇ। ਉਸਦੇ ਲਈ ਜ਼ਰੂਰ ਸਟੂਡੈਂਟ ਜੋ ਹੈ ਜਿਹੜਾ ਨੰਬਰ ਡਿਸਪਲੇ ਹੈ ਇਸ ਉੱਪਰ ਕਾਲ ਕਰਕੇ ਵੀ ਆਪਣੀ ਪ੍ਰੋਫਾਈਲ ਡਿਸਕਸ ਕਰ ਸਕਦੇ ਨੇ। ਪਰ ਸਭ ਤੋਂ ਵਧੀਆ ਰਹੇਗਾ ਜੇਕਰ ਤੁਸੀਂ ਟਾਈਮ ਕੱਢਦੇ ਹੋ ਤਾਂ ਨੈਵੀਗੇਟਰਸ ਓਵਰਸੀਜ਼ ਆਫਿਸ ਆਓ, ਆਪਣੇ ਡਾਕੂਮੈਂਟ ਜ਼ਰੂਰ ਲੈ ਕੇ ਆਓ, ਅਸੈਸਮੈਂਟ ਕੀਤੀ ਜਾ ਸਕੇ ਔਰ ਚੰਗੀਆਂ ਆਪਸ਼ਨਸ ਤੁਹਾਨੂੰ ਗਾਈਡ ਕੀਤੀਆਂ ਜਾ ਸਕਣ। ਸੋ ਮੈਮ ਅਗਰ ਆਪਾਂ ਰਸ਼ ਦੀ ਗੱਲ ਕਰੀਏ, ਸਟੂਡੈਂਟਸ ਕਈ ਫਾਈਲ ਜੋ ਹੈ ਲਗਾਤਾਰ ਲੱਗ ਰਹੀਆਂ ਨੇ, ਕਮਿੰਗ ਇਨਟੇਕ ਦੀ ਆਪਾਂ ਗੱਲ ਕਰੀਏ, ਸਟੂਡੈਂਟਸ ਨੂੰ ਇਸ ਨੂੰ ਲੈ ਕੇ ਵੀ ਅਵੇਅਰ ਜ਼ਰੂਰ ਕਰੋ, ਕਿਉਂਕਿ ਕਈ ਵਾਰੀ ਸਟੂਡੈਂਟ ਮਨ ਤਾਂ ਬਣਾ ਰਿਹਾ ਹੁੰਦਾ ਲੇਕਿਨ ਅਪਲਾਈ ਕਰਨ ਨੂੰ ਹੀ ਦੇਰੀ ਲਗਾ ਦਿੰਦਾ, ਜਿਸ ਨਾਲ ਇਨਟੇਕ ਵੀ ਨਿਕਲ ਜਾਂਦਾ ਹੈ। ਇੱਥੇ ਵੀ ਹਰਜੋਤ ਇੱਕ ਇੰਪਾਰਟੈਂਟ ਪੁਆਇੰਟ ਮੈਂ ਕਹਿਣਾ ਚਾਹੂੰਗੀ, ਸਟੂਡੈਂਟ ਕਹਿੰਦਾ UK 'ਚ ਕੰਮ ਨਹੀਂ, ਉਹ ਹਰ ਜਗ੍ਹਾ ਕਹਿ ਦਿੰਦੇ ਕੈਨੇਡਾ ਵਿੱਚ ਕੰਮ ਨਹੀਂ। ਜਿਹੜਾ ਸਟੂਡੈਂਟ ਜੇ ਤੁਸੀਂ ਲੰਡਨ ਦੀ ਗੱਲ ਕਰੋ ਤਾਂ ਮੈਂ ਮੰਨ ਸਕਦੀ ਕਿ ਸਟੂਡੈਂਟ ਜ਼ਿਆਦਾ ਹੋ ਗਿਆ। ਜੇ ਤੁਸੀਂ ਥੋੜ੍ਹਾ ਹਟ ਕੇ 60 ਕਿਲੋਮੀਟਰ ਹਟ ਕੇ ਜਿਹੜੀ ਯੂਨੀਵਰਸਿਟੀ ਉਹਨੂੰ ਲਓ, ਯੂਨੀਵਰਸਿਟੀ ਆਫ ਵੈਸਟ ਇੰਗਲੈਂਡ ਲਓ, ਗਰੰਟਿਡ ਤੁਹਾਨੂੰ ਜੋਬ ਮਿਲੇਗੀ। ਗਰੰਟੀ ਤਾਂ ਹੀ ਹੋਏਗੀ ਜੇ ਤੁਸੀਂ ਪੜ੍ਹਾਈ ਪੂਰੀ ਕੀਤੀ ਹੈ, ਔਰ ਤੁਸੀਂ ਪੜ੍ਹਨ ਦੇ ਟਾਈਮ ਤੁਹਾਨੂੰ 20 hours ਦਾ ਵਰਕ ਪਰਮਿਟ ਜ਼ਰੂਰ ਮਿਲੇਗਾ, ਮਤਲਬ ਉਹਦੇ ਵਿੱਚ ਤੁਹਾਨੂੰ ਕੰਮ ਜ਼ਰੂਰ ਮਿਲੇਗਾ, ਪੜ੍ਹਾਈ ਪੂਰੀ ਕਰੋ ਔਰ ਤੁਹਾਨੂੰ 101%। ਜਿਹੜੇ ਸਭ ਤੋਂ ਜ਼ਿਆਦਾ ਪੇਇੰਗ ਕੋਰਸਿਸ ਹੈ, ਕਿਉਂਕਿ ਤੁਹਾਨੂੰ ਤੁਸੀਂ ਦੇਖੋ £35,000 ਗਵਰਨਮੈਂਟ ਨੇ ਕਰਤਾ ਕਿ ਪੋਸਟ ਸਟੱਡੀ ਵਰਕ ਪਰਮਿਟ ਦੇ ਵਿੱਚ ਤੁਹਾਨੂੰ ਇੰਨੇ ਦੀ ਜੋਬ ਮਿਲਦੀ ਹੈ ਤਾਂ ਤੁਸੀਂ PR ਅਪਲਾਈ ਕਰ ਸਕਦੇ ਹੋ। ਤੁਸੀਂ ਲਓ ਨਰਸਿੰਗ ਦਾ ਕੋਰਸ, ਤੁਸੀਂ ਲਓ ਹੈਲਥ ਸਾਇੰਸ ਤੋਂ ਰਿਲੇਟਡ ਅੱਛੇ ਕੋਰਸਿਸ, ਮਕੈਨੀਕਲ ਦੇ ਜਾਂ IT ਦੇ ਵਧੀਆ ਕੋਰਸਿਸ ਲਓ, ਮਤਲਬ ਬੈਸਟ ਸੈਲਿੰਗ ਕੋਰਸਿਸ ਹੈ ਜਿਹਦੇ ਵਿੱਚ ਸਟੂਡੈਂਟ ਦਾ ਕੈਰੀਅਰ ਬਣੇਗਾ, ਤਾਂ ਹੀ ਸਟੂਡੈਂਟ ਰਿਕਮੈਂਡ ਕਰਦਾ ਉਸ ਯੂਨੀਵਰਸਿਟੀ ਨੂੰ ਜਾਂ ਉਸ ਕੰਟਰੀ ਨੂੰ। ਅਤੇ ਬੈਟਰ ਹੈ ਤੁਸੀਂ ਆਪ ਸਰਚ ਕਰੋ, ਤੁਹਾਨੂੰ ਸਹੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ। ਹਾਫ ਕੁਕਡ ਇਨਫੋਰਮੇਸ਼ਨ ਬੱਚਿਆਂ ਨੂੰ ਸਪੋਇਲ ਕਰ ਰਹੀ ਹੈ। ਜਿਹੜਾ ਫਰੈਂਡ ਤੁਹਾਡਾ ਲੰਡਨ ਗਿਆ ਹੋਏਗਾ ਉਹਨੂੰ ਕੰਮ ਨਹੀਂ ਮਿਲਿਆਗਾ, ਉਹ ਕਹੇਗਾ ਉਹ ਕਿਉਂਕਿ ਉਹ ਪੜ੍ਹਿਆ ਵੀ ਨਹੀਂ ਯੂਨੀਵਰਸਿਟੀ ਜਾ ਕੇ, ਆਪ ਇਲੀਗਲ ਹੋ ਗਿਆ। ਜੇ ਤੁਸੀਂ ਲੀਗਲ ਹੋ, ਜੇ ਤੁਸੀਂ ਅੱਛੀ ਯੂਨੀਵਰਸਿਟੀ ਲੈ ਰਹੇ ਹੋ, ਜੇ ਤੁਸੀਂ ਥੋੜ੍ਹਾ ਦੂਰ ਲੈ ਰਹੇ ਹੋ ਜਿੱਥੇ ਬੱਚਿਆਂ ਦਾ ਰਸ਼ ਨਹੀਂ ਹੈ, 101% ਤੁਹਾਨੂੰ ਕੰਮ ਮਿਲੇਗਾ।
ਬਿਲਕੁਲ, ਅੱਜ ਦੇ ਟਾਈਮ ਵਿੱਚ ਇਸੇ ਲਈ ਇੱਕ ਮਾਹਿਰ ਸਲਾਹ, ਇੱਕ ਮਾਹਿਰ ਕੰਸਲਟੈਂਟ ਦੀ ਸਲਾਹ ਲੈਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਤਾਂ ਕਿ ਸਿਰਫ ਸੁਣੀਆਂ ਸੁਣਾਈਆਂ ਗੱਲਾਂ 'ਤੇ ਤੁਸੀਂ ਨਾ ਜਾਓ, ਸਾਲਾਂ ਦੇ ਐਕਸਪੀਰੀਅੰਸ ਤੋਂ ਤੁਸੀਂ ਸਿੱਖੋ ਔਰ ਉਹਨਾਂ ਦੀ ਸਲਾਹ ਦੇ ਨਾਲ ਅੱਗੇ ਵਧੋ। ਸੋ ਮੈਮ ਹਮੇਸ਼ਾ ਹੀ ਸਟੂਡੈਂਟਸ ਨੂੰ ਸਹੀ ਢੰਗ ਨਾਲ ਇਸੇ ਲਈ ਗਾਈਡ ਕਰਦੇ ਨੇ ਕਿ ਸਟੂਡੈਂਟ ਆਪਣੇ ਫਿਊਚਰ ਨੂੰ ਸਿਕਿਓਰ ਕਰੇ। ਇਹ ਨਹੀਂ ਕਿ ਉੱਥੇ ਗਏ ਪੜ੍ਹਾਈ ਛੱਡਤੀ ਅਤੇ ਉਸ ਤੋਂ ਬਾਅਦ ਢੇਰ ਸਾਰੀਆਂ ਮੁਸ਼ਕਲਾਂ ਆ ਗਈਆਂ ਅਤੇ ਬਾਕੀਆਂ ਨੂੰ ਫਿਰ ਤੁਸੀਂ ਫੋਨ ਕਰਕੇ ਕਹੋ ਕਿ ਇੱਥੇ ਨਾ ਆਉਣਾ। ਸੋ ਮੈਮ ਵੱਲੋਂ ਜਿਹੜੇ ਸਟੂਡੈਂਟ ਭੇਜੇ ਜਾਂਦੇ ਨੇ ਉਹ ਹਮੇਸ਼ਾ ਹੀ ਪ੍ਰੋਸੈਸ ਵਾਈਜ਼ ਚੱਲਦੇ ਨੇ, ਸਟੱਡੀ ਵੀ ਕੰਪਲੀਟ ਕਰਦੇ ਨੇ ਔਰ ਅੱਜ ਉਹਨਾਂ ਨੂੰ ਚੰਗੀਆਂ ਜੋਬਸ ਵੀ ਮਿਲੀਆਂ ਹੋਈਆਂ ਨੇ, ਆਪਣੀ ਲਾਈਫ ਵਿੱਚ ਬਹੁਤ ਚੰਗੀ ਤਰ੍ਹਾਂ ਨਾਲ ਸੈਟਲ ਨੇ। ਤੁਸੀਂ ਵੀ ਉਹਨਾਂ ਵਿੱਚੋਂ ਇੱਕ ਹੋਣਾ ਚਾਹੁੰਦੇ ਹੋ ਤਾਂ ਜਿਹੜਾ ਨੰਬਰ ਡਿਸਪਲੇ ਹੈ ਇਸ ਉੱਪਰ ਕਾਲ ਕਰਕੇ ਪੂਰੀ ਇਨਫੋਰਮੇਸ਼ਨ ਜ਼ਰੂਰ ਲਓ, ਨੈਵੀਗੇਟਰਸ ਓਵਰਸੀਜ਼ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ, ਆਪਣੇ ਡਾਕੂਮੈਂਟਸ ਜ਼ਰੂਰ ਲੈ ਕੇ ਆਉਣਾ। ਬਹੁਤ ਬਹੁਤ ਥੈਂਕਸ ਮੈਮ, ਸਟੂਡੈਂਟਸ ਨੂੰ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਸੀਂ ਅਵੇਅਰ ਕੀਤਾ, ਗਾਈਡ ਕੀਤਾ ਚੰਗੀਆਂ ਆਪਸ਼ਨਸ ਦੇ ਲਈ ਕਿਵੇਂ ਸਹੀ ਡਿਸੀਜ਼ਨ ਲੈਣ ਅਤੇ ਕਿਵੇਂ ਆਪਣੇ ਫਿਊਚਰ ਦੇ ਲਈ ਅੱਗੋਂ ਪੂਰੀ ਤਿਆਰੀ ਕਰਨ। ਅਤੇ ਅੱਗੋਂ ਅਸੀਂ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਹੀ ਦਿਓ ਜੀ ਇਜਾਜ਼ਤ, ਥੈਂਕ ਯੂ ਸੋ ਮਚ। ਥੈਂਕ ਯੂ।